ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਰਵਨੀਤ ਸਿੱਧੂ ਪਹਿਲਾਂ ਕੀ ਨਾਮ ਸੀ ਆਪਣੇ ਚੈਨਲ ਦਾ ਸਿੱਧੂ ਬਲੌਗਸ ਅਤੇ सुखी तुसी देखे ही होगा। हां जी इधर बाई जी सच साडे खास मेहमान चेक करो भैया राह की यार हवा साडा बंदा पई जांदा यार ओए ओने स्टेडियम जाके ही काम करदा फिर ना पहली प्लेसमेंट तूने पहले तो गल ठीक है यार पर आए नहीं ना गल बनदी नहीं यार सो बैड तू भी कौड़ा कौड़ा जागदा ओए की हाल चाल जी सारे दे ते कुछ कि नवी ऑडियंस जुड़ी है मैं सुने भाई जी रहा अपना निबड़ गया होस्टल समान चकन चले बहुत टाइम बाद कई जने आई जाते क्वेश्चन कमेंट च भी भाई ब्लॉग कदों कंटिन्यू कर रहे मैं चल अज एक छोटा जी बना के करके जुड़ गए भाई दी जुड़ी कर लगे भी लड़ाई हो गई बड़े चिरा बाद साढ़े होस्टल वाले यार मिले सी हाँ भी मुंडे हो हड़ फड़ा गया कि तू कपड़े लाई ना गल की है हाय मेरा गिटार यार डिगरियां कर दे रह गए खोके मैं शीशे दे लै गए चंगा भाई बड़ा यादगार समा रहू दो 115 ते 113 या मेन कमरा 116 भाई आयो एक मिनट लफाफा लेके आयो एक असाइनमेंट लेके आनी है कमरे कुंडा भी लाना बाद चो आके देनी जो आएगा जे आएगा रख दे आ जा भी करने बैग चेक आ बैग गिलोए
ਸਮਾਨ ਬਲੌਗ ਬਲੌਗ ਉਹਨੂੰ ਕਮਰੇ ਚ ਤਾਂ ਨਹੀਂ ਬੰਦ ਕਰਤਾ ਹੋਰ ਹਾਂਜੀ ਇਹ ਸਾਡੇ ਪਾਲੀ ਬਾਈ ਜੀ ਸਿਕਿਉਰਿਟੀ ਗਾਰਡ ਤੇ ਉਹ ਬਾਈ ਨੇ ਸਾਨੂੰ ਬਹੁਤ ਰੋਟੀਆਂ ਖਵਾਈਆਂ ਨੇ ਪਿਆਰ ਨਾਲ ਬੰਦੇ ਆ ਗਏ ਵੱਧ ਸਮਾਨ ਜ਼ਿਆਦੇ ਆ ਯਾਰ ਗੱਲ ਕੀ ਹੈ ਤੂੰ ਤੂੰ ਤੇ ਕਰਨ ਤੇ ਸੁਖੀ ਆ ਜਾਓ ਮੈਂ ਨਰਿੰਦਰ ਭਾਗ ਜਾਣੇ ਆ ਜਾਓ ਬਸ ਤੇ ਤੁਸੀਂ ਹੁਣ ਕੀ ਰਹਿ ਗਿਆ ਆਪਣਾ ਇੱਕ ਬੈਗ ਰਹਿ ਗਿਆ ਹਨਾ ਇੱਥੇ ਉੱਤੇ ਰਹਿ ਦੇ ਆ ਤਾਂ ਉੱਥੇ ਰੱਖ ਲਈ ਤੂੰ ਫੜ ਕੇ ਬਹਿ ਜੀ ਮੈਂ ਤਾਂ ਪਹਿਲੀ ਕਹਿ ਕੇ ਲੈ ਕੇ ਆਇਆ ਸੀ ਵੀ ਬੈਗ ਹੀ ਗੋਦੀਆਂ 'ਚ ਲੈ ਕੇ ਆਉਣਗੇ ਤੁਰਤਾ ਪਏ ਜਾਂਦੇ ਜਾਣੇ ਖਰਚਾ ਲਾਉਣਾ ਓਏ ਆਵਾਂਗੇ ਚੱਲ ਚੰਗਾ ਗਿੱਲ ਚੱਲ ਚੰਗਾ ਪਾਲੀ ਬਾਈ ਮਿਲਦੇ ਹਾਂ ਥੱਲੇ ਨੂੰ ਪੈਰਾਂ ਤੇ ਕਰੀ ਖੜਾ ਮੂੰਹ ਤੇ ਕਰ ਇਹਨੂੰ ਨਹੀਂ ਸਮਾਨ ਚੱਕ ਲਿਆ ਤੁਸੀਂ ਸਮਾਨ ਪਿੱਛੇ ਦੇਖ ਸਕਦੇ ਹੋ ਤੇ ਆ ਸਾਡੇ ਸੰਗੀ ਸਾਥੀ ਸਾਰੇ ਬੈਠੇ ਨੇ ਅੱਜ ਮੁੱਕੀ ਅੰਕਲ ਨੇ ਕੀ ਲਾ ਲਿਆ ਓਏ ਸੰਧੂ ਮੁੱਛਰ ਗਿਆ ਪਿੱਛੋ ਸਾਈਡ ਤੇ ਹੋ ਗਿਆ ਪਾਸ ਆਊਟ ਗਿਆ ਕਿ ਬਲਾਰੀ ਕਰ ਜਾਣੇ ਖੜ ਜਾ ਪ੍ਰਾਸੂ ਨੂੰ ਦੇਖ ਲੈਣਾ ਟ੍ਰਾਂਸਫਰ ਕਰਕੇ ਜੀ ਐਨੀ ਦੇ ਆੜਤੀ ਵੱਧ ਬਣਦੇ ਹੁਣ ਤੁਹਾਡਾ ਘਾਟਾ ਹੋ ਜਾਏ ਸੱਤ ਸੌ ਕਹਿੰਦਾ ਉਹ ਲੰਘ ਗਿਆ ਮੈਂ ਕਹਿੰਦਾ ਪਿੱਛੇ ਪ੍ਰੀਤ ਆਪਣੇ ਸਬਸੇ ਪਹਿਲੇ ਚੌਂਕ ਮੇ ਆਨਾ ਹੈ ਚੌਂਕ ਮੇ ਆਪਣੀ ਨਿਗਾਹ ਮਾਰਨੀ ਲਿਫਟ ਲਿਖਾਊਗਾ ਵਹਾਂ ਪੇ ਆਪਣੇ ਆ ਕੇ ਬੁਲਾਰੇ ਸੇ ਮਿਲਣਾ ਹੈ ਔਰ ਮੈਂ ਤਾਂ ਬੁਰਖੀ ਇੱਕ ਲਈ ਹਜੇ ਉਹ ਗਰਮ ਹੈ ਸ਼ੂਟਿੰਗ ਚੱਲ ਰਹੀ ਆ ਹੈਲ ਮੋੜ ਨਹੀਂ ਆ ਕਹਿੰਦੇ ਆਵੀ ਮੁੰਡੇ ਹੋ ਤਿਆਰ ਹੋ ਬਾਈ ਕੰਧਾਂ ਦੇ ਰੰਗ ਕਰਦੇ ਹੈ ਬੈਡ
करे एंट्री ते लवा लांगे हनी बाबा आजम दरवाजा एक खोलता नहीं डिगदा भाई वो बंदा आ गया ना जवाकों वास्ते होता है मर शाली दा मर के देख आ गया आई भाई ओए गड्डी नहीं रुक दी मैं कहना मैं माड़ा ड्राइवर करे भी ब्लॉग ही ना दिखा माड़ा साइड ते लाओ गड्डी तू देखी ना पटाली प्रीत जी मैं सुखी बैठा मैं गड्डी चला बैठ प्रोग्राम सीगा चाचे को चाह मंगवा रील तो पा तू सच कहने कि पैसा थोड़े को देखो धक्के धुके खा के वापस चले घर बाकी तेल आली बत्ती तेल आली बत्ती आ चुकी है और चंद्र दा दिन टैंक फूकता फूकता गया फूकता टॉपिक छेड़ी बैठे प्रीत कोई गाना अपने ਹਨਾ ਬਲੌਗ ਦੇ ਵਿੱਚ ਤੇ ਕੋਈ ਗਾਣਾ ਹਾਂ ਬੀਟ ਤੋਂ ਬਿਨਾ ਕੋਈ ਘੈਂਟ ਜਾ ਆਉਣ ਦੇ ਉਹ ਆਹੀ ਲਾ ਦੇ ਕਿ ਪਰ ਇਹ ਤਾਂ ਨਹੀਂ ਚੇਰੀ ਕਰ ਐਂਡ ਆ ਬਲੌਗ ਦਾ ਇਹ ਬਲੌਗ ਦਾ ਐਂਡ ਹੈ ਬਲੌਗ ਦਾ ਉਹ ਕਰ ਦਿੰਨੇ ਫਿਰ ਆਪਾਂ ਮੈਂ ਤਾਂ ਬਸ ਕੀਤੀ ਸ਼ੁਰੂਆਤ ਸੋਹਣੀਏ ਤੇ ਲੋਕੀ ਕਹਿੰਦੇ ਐਂਡ ਜੀ ਕਰਾਈ ਜਾਂਦੇ ਹਨੀ ਬਸ ਯਾਰਾਂ ਦੇ ਸਿਰਾਂ ਤੇ ਜਿਹੜਾ ਕਾਲੀ ਵਿੱਚ ਹੋਈਏ ਉਹਨੂੰ ਸਾਈਡ ਦੇ ਦੀਏ ਚੱਲ ਸੁਖੀ ਹਾਂ
ਨਾਲੇ ਸਵੇਰੇ ਤੌਲ ਆਇਆ ਸੀਗਾ ਅੜੀ ਵਾਲਾ ਸਾਈਡ ਨੂੰ ਵੀ ਨਹੀਂ ਲਾਇਆ ਤਾਂ ਕਾਲੀ ਸੀ ਨਾ ਤਾਂ ਦਿੱਤੀ ਅੜੀ ਅੜੀ ਹੈ ਹੀ ਨਹੀਂ ਸੀ ਅੜੀ ਤੇ ਆਈ ਨਹੀਂ ਸੀ ਅੜੀ ਭੰਨੂਗਾ ਨਹੀਂ ਯਾਰ ਕਾੜ ਤੋੜੂਗਾ ਹੱਥ ਆ ਕਿਹੜੀ ਗੱਡੀ ਆ ਲਾਰਡ ਜੀ ਪਤਾ ਨਹੀਂ ਹੈਗੀ ਇਹਨਾਂ ਦੀ ਹੋਈ ਹੈ ਲਾਰਡ ਜੀ ਡੀ ਸਾਇਲੈਂਟ ਆ ਬ੍ਰੋ ਲਾਰਡ ਜੀ ਕਿਤੀ ਵਾਲੇ ਸਟੂਡੈਂਟ ਪਹੁੰਚ ਚੁੱਕੇ ਨੇ ਡਸਟਰ ਦੀ ਮਾਸੀ ਦੀ ਕੁੜੀ ਆ ਵੱਡੀ ਭੈਣ ਕਿਹੜਾ ਦਾ ਮੈਂ ਜਿਹੜਾ ਮਰਜ਼ੀ ਆਉਂਦਾ ਉਹ ਸਹਿਮ ਜਾਂਦੇ ਲੋਕ ਸੁਣ ਚਰਚਾ ਘਰਾਣੇ ਦਾ ਵਜੇ ਸਰਦਾਰ ਮੁੰਡਾ ਡਾਕੂਆਂ ਦੇ ਲਾਣੇ ਦਾ ਇੱਕ 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 ਗਾਣਾ ਚੱਲਿਆ ਮੈਂ ਸੁੱਕੀ ਨੂੰ ਦੱਸਿਆ ਮੈਂ ਕਿਹਾ ਐਂ ਕਰਕੇ ਆਪਣੀ ਜਾਣਾ ਮੋੜਨਾ ਰਿਸ਼ਤੇਰੀ ਲੱਗਦੀ ਹੈ ਹਨਾ ਵੀ ਆਪਣੇ ਕਹਾ ਵੀ ਕਹਾ ਮੰਮੀ ਦੇ ਕਹਾ ਨਾਨਕਿਆਂ 'ਚ ਹੋਣੇ ਵੀ ਮੇਰੇ ਮੰਮੀ ਦੇ ਨਾਨਕੇ ਕੋਲ ਘਰ ਜਾਣਾ ਮੋੜਦਾ ਸੁੱਖੀ ਨੇ ਉਦੀ ਆਹ ਗਾਣਾ ਲਿਖਿਆ ਸੀ ਆਉਣ ਦੇ ਉਹ ਸਹਿਮ ਜਾਂਦੇ ਲੋਕ ਸੁਣ ਚਰਚਾ ਘਰਾਣੇ ਦਾ ਵਜੇ ਸਰਦਾਰ ਮੁੰਡਾ ਡਾਕੂਆਂ ਦੇ ਲਾਣੇ ਦਾ ਉਹ ਤੂਤੀ ਬੋਲਦੀ ਆ ਪਿੰਡ ਪਿੰਡ ਸ਼ਹਿਰ ਕੰਬਦੇ ਆ ਸੁਣ ਸਾਡੇ ਬੋਲੀ ਆਓ ਅਸਲੇ ਤੇ ਮਸਲੇ ਨੇ ਮਾਉਣ ਜਾਪਦੇ ਜਿੱਥੇ ਅੱਖ ਬੋਲਦੀ ਓਏ ਅਸਲੇ ਤੇ ਮਸਲੇ ਨੇ ਮਾਉਣ ਜਾਪਦੇ ਜਿੱਥੇ ਅੱਖ ਬੋਲਦੀ ਓ ਮੋਢੇ ਤੇ ਬੰਦੂਕ ਪੜਾ ਛਾਤੀ ਉੱਤੇ ਦੇਖ ਲਲਕਾਰੇ ਮਾਰਦਾ ਓ ਬੋਲਣੀ ਚ ਰੋਵ ਅੱਖ ਖੂਨ ਨਾਲ ਰਲ ਪੱਗ ਮਾਣ ਯਾਰਦਾ ਓ ਨਾਲ ਭਾਵੇਂ ਚਾਰ ਸਰਦਾਰੀ ਲਓ ਜੀ ਇਹ ਸੀ ਅੱਜ ਦਾ ਵਲੌਗ ਕੋਈ ਬਾਹਲਾ ਇਰਾਦਾ ਨਹੀਂ ਸੀ ਬਣਾਉਣ ਦਾ ਚਲੋ ਫਿਰ ਵੀ ਬਣਾ ਤਾ ਕੁਛ ਕ ਹਨਾ ਵੀ ਬਾਹਲੇ ਕਮੈਂਟ ਆ ਰਹੇ ਸੀ ਚਲੋ ਉਹਨਾਂ ਦੀ ਫਰਮਾਇਸ਼ ਤੇ ਤੇ ਬਾਕੀ ਬਾਲਾ ਕੁਛ ਹੋਣਾ ਬਾਕੀ ਕੋਈ ਬਾਲਾ ਕੀ ਕਹਿਣਾ ਹੈ ਕਰੋ ਫਲਾਣਾ ਕਰੋ ਫਲਾਣਾ ਕਰੋ ਬਸ ਮੈਮਰੀਜ਼ ਲਈ ਪਾਤਾ ਓਕੇ ਆ ਡਨ ਆ ਚੰਗਾ ਜੀ ਹਾਂ ਹਾਂ ਕੀ ਕਹਿ ਰਹੇ ਜਨਿੰਦਰ ਅਸੀਂ ਕਹਿ ਰਹੇ ਵੀ ਕਮੈਂਟ ਕਰ ਦਿਓ ਦੱਸ ਦਿਓ ਵੀ ਕਿਵੇਂ ਜੇ ਲੱਗਿਆ ਠੀਕ ਹੈ ਖੇਡਿਆ ਮੈਂ ਬਸ ਫੌਜੀ ਵਾਲੀ ਨਹੀਂ ਹੁੰਦੀ ਉਹ ਆਪਦੇ ਬੂਟ ਕੱਟ ਲਈ ਸੀ ਲੋ ਵੀ ਬਲੌਗ ਹਾਂ 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 ਮੈਂ ਆਪਦੇ ਬੂਟ ਲੈ ਲਏ ਸੀ ਉਹ ਬਲੌਗ ਦਾ ਥੋੜਾ ਜਿਹਾ ਨਾ ਦੂਏ ਦਿਨ ਦਾ ਪਾਰਟ ਵੀ ਇਹਨਾਂ ਦਾ ਸਮਾਨ ਮੈਂ ਸਪੈਸ਼ਲ ਸੰਗਰੂਰ ਸਮਾਨ ਇਹਨਾਂ ਦਾ ਛੱਡਣ ਆਇਆ ਮੈਂ ਉਹ ਵੀ ਥੋੜਾ ਕ੍ਰੈਡਿਟ ਲੈਣਾ ਸੀ ਬਲੌਗ ਬਣਾ ਕੇ ਆ ਵੀ ਕਰਨ ਦੇ ਮੈਟ ਮੂਡ ਜੇ ਚੱਕ ਲਓ ਭਾਈ ਕੀ ਹਾਲ ਕੀਤਾ ਇਹਨਾਂ ਨੇ ਗੱਡੀ ਦਾ ਬਸ ਤੇ ਕੱਢਿਆ ਸਮਾਨ ਸਾਰਾ ਪੈਟਰੋਲ ਤਾਂ ਨਹੀਂ ਕੱਢਣਾ ਮਾਰੇ ਨਹੀਂ ਨਹੀਂ ਉਹ ਆਪਣਾ ਲਓ ਜੀ ਆਹ ਸਾਡੇ ਜਸਮੀਤ ਦੇਖ ਕੇ ਗੱਡੀ ਖੁੱਲੀ ਆ ਆਹ ਸਾਡੇ ਯਾਰ ਦੀ ਬੈਂਕ ਦੱਸਿਆ ਨੀ ਪ੍ਰੀਤ ਮਹੱਲੇ ਦੇ ਜਵਾਕਾਂ ਨੂੰ ਵੀ ਪੜਾਉਂਦਾ ਰਿਹਾ ਉਰੇ ਮੈਂ ਟੀਚਰ ਹਾਂ ਪ੍ਰਿੰਸੀਪਲ ਐਜੂਕੇਸ਼ਨ ਐਕਚੁਅਲੀ ਹਾਂ ਐਕਚੁਅਲੀ